ਅਕਾਲ ਜੀ। ਸੋ ਤੁਹਾਡੇ ਚੈਨਲ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਰੱਬ ਦਾ ਨਾਮ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਭਗਵਾਨ ਵਾਲਮੀਕਿ, ਜੈ ਗੁਰੂ ਰਵਿਦਾਸ। ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ। ਹਲਾ ਲੁਈਆ ਗੌਸਪਾ ਖੁਸ਼ਿੰਦ ਰਹੇ। ਅੱਲਾ ਤਾਲਾ ਸਭ ਨੂੰ ਖੁਸ਼ ਰੱਖੇ। ਤੂੰ ਹੀ ਨਿਰੰਕਾਰ, ਮੈਂ ਤੇਰੀ ਸ਼ਰਨ ਹਾਂ, ਮੈਨੂੰ ਬਖਸ਼ ਲਓ। ਜਕਾਰਾ ਮਾਂ ਚਿੰਤਪੁਰਨੀ ਦਾ ਬੋਲ ਸੱਚ ਦਰਬਾਰ ਕੀ। ਜਕਾਰਾ ਬਾਪੂ ਲਾਡੀ ਸਾਹਿਬ ਸਰਕਾਰ ਦਾ, ਜਕਾਰਾ ਬਾਪੂ ਲਾਲ ਬਾਦਸ਼ਾਹ ਸਰਕਾਰ ਦਾ। ਸੋ ਸਾਰੇ ਪੀਰਾਂ ਫਕੀਰਾਂ ਦਾ ਜੈ ਸਦਾ ਹੀ ਜੈ। ਦੇਖੋ ਇਹ ਚੋਣ ਮੈਦਾਨ ਦੇ ਵਿੱਚ ਸਾਡੇ ਜਿਹੜੇ ਭਾਜੀ ਨੇ ਇਹ ਵੀ ਖੜੇ ਨੇ ਤੇ ਸਾਰੇ ਰਮੇਸ਼ ਭਾਜੀ ਵੀ ਖੜੇ ਸਾਡੇ। ਜੇ ਗੱਲ ਕਰੀਏ ਪ੍ਰਵੀਨ ਕੁਮਾਰ ਤੈਸ਼ੀ ਜੀ ਜਿਹੜੇ ਇੱਥੋਂ ਬਠਿੰਡੇ ਤੋਂ ਖੜੇ ਆ, ਮੈਂ ਤਾਂ ਇਹ ਗੱਲ ਸਾਰੇ ਬਠਿੰਡੇ ਵਾਸੀਆਂ ਨੂੰ ਕਹੂੰਗਾ, ਇੱਕ ਇੱਕ ਵੋਟ ਇਹਨਾਂ ਦੀ ਝੋਲੀ 'ਚ ਪਾਉਣ, ਇਹਨਾਂ ਨੂੰ ਕਾਮਯਾਬ ਕਰਨ, ਕਿਉਂਕਿ ਇੱਦਾਂ ਦੇ ਬੰਦੇ ਜਿਹੜੇ ਜ਼ਮੀਨੀ ਪੱਧਰ 'ਤੇ ਜੁੜੇ ਆ। ਸੋ ਇੱਦਾਂ ਦੇ ਜਿਹੜੇ ਕਿ ਇੱਦਾਂ ਦੇ ਨਹੀਂ ਕਿ ਕੈਪਟਨ ਸਾਹਿਬ ਵਰਗੇ ਕਿ ਜਿਹੜੇ ਗੁਟਕਾ ਸਾਹਿਬ ਨੂੰ ਹੱਥ 'ਚ ਫੜ ਕੇ ਕਸਮ ਖਾ ਲੈਣ, ਉਸ ਤੋਂ ਬਾਅਦ ਭੁੱਲ ਜਾਣ, ਇੱਕ ਇੱਕ ਸਮਾਰਟਫੋਨ ਦੇਣ, ਇੱਕ ਇੱਕ ਘਰ 'ਚ ਨੌਕਰੀ ਦੇਣ। ਅੱਜ ਉਹ ਚੇਤਾ ਭੁੱਲਿਆ ਪਿਆ ਲੋਕਾਂ ਨੂੰ, ਹਰ ਕੋਈ ਲੀਡਰ ਸਾਨੂੰ ਇੱਦਾਂ ਦਾ ਧੋਖੇਬਾਜ਼ੀ ਨੂੰ ਸਾਡੀਆਂ ਵੋਟਾਂ ਲੈਂਦਾ, ਧੋਖੇਬਾਜ਼ ਨੂੰ ਸਾਨੂੰ ਵਰਤਿਆ ਜਾਂਦਾ। ਅਤੇ ਆਹ ਜੇ ਕਿਸੇ ਲੀਡਰ ਨੂੰ ਅਸੀਂ ਵਧੀਆ ਲੀਡਰ, ਕਦੀ ਵਧੀਆ ਲੀਡਰ ਵੋਟ ਪਾ ਦਿੰਦੇ ਹਾਂ, ਇੱਕ ਵਧੀਆ ਲੀਡਰ ਨੂੰ ਆਪਾਂ ਵੋਟ ਪਾਉਂਦੇ ਹਾਂ, ਉਹ ਸਾਡੀਆਂ ਵੋਟਾਂ ਪਲਟੀ ਪਤਲ ਪਲਟੀ ਮਾਰ ਜਾਂਦਾ ਕਦੋਂ ਕਿਹੜੀ ਸਰਕਾਰ 'ਚ ਜਾਣਾ ਕਦੋਂ। ਇਹ ਇਹਨਾਂ ਦੀਆਂ ਪਾਰਟੀਆਂ ਬਣ ਗਈਆਂ, ਇਹ ਜਿੱਦਾਂ ਅੰਗਰੇਜ਼ ਸਾਡੇ 'ਤੇ ਰਾਜ ਕਰਨ ਆਏ ਸੀਗੇ ਉੱਦਾਂ ਹੀ ਇਹ ਮੇਜਰ ਪਾਰਟੀਆਂ ਬਣ ਗਈਆਂ ਕਿ ਜਾਣੀ ਕਿ ਇਹਨਾਂ ਨੇ ਦੇਖਿਆ ਇੱਧਰੋਂ ਨਹੀਂ ਕੁਛ ਮਿਲਦਾ ਅਤੇ ਇੱਧਰ ਪਲਟੀ ਮਾਰ ਦਿਉ। ਅਤੇ ਵੋਟਰ ਵੀ ਉਹਨੇ ਸਿਆਣੇ ਹੋਣ ਚਾਹੀਦੇ, ਵੋਟਰ ਵੀ ਇੱਦਾਂ ਕਰਨ ਜਿੱਦਾਂ ਇਹ ਪਲਟੀਆਂ ਮਾਰਦੇ, ਇੱਦਾਂ ਹੀ ਪਲਟੀਆਂ ਮਾਰ ਜਾਣ ਕਿ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਕਿ ਜੇ ਆਪਾਂ ਸਿਆਣੇ ਤਾਂ ਵੋਟਰ ਵੀ ਸਿਆਣੇ। ਦੇਖੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਸਾਡੇ PM ਆ, ਸਾਡੇ ਦੇਸ਼ ਦੇ PM ਆ। ਅਸੀਂ ਤਾਂ ਹੁਣ ਆਪਣਾ ਪੰਜਾਬ ਦਾ ਦੁੱਖ ਦੱਸਣ ਚੱਲੇ, ਕਿਉਂਕਿ ਪੰਜਾਬ ਦਾ ਦੁੱਖ ਕਿਸੇ ਸੁਣਿਆ ਨਹੀਂ ਅੱਜ ਤੱਕ। ਸਿਲੰਡਰ 400 ਦਾ ਸੀਗਾ, 1100 ਦਾ ਹੋ ਗਿਆ, 50 ਰੁਪਏ ਲੀਟਰ ਪੈਟਰੋਲ ਸੀਗਾ, 100 ਰੁਪਈਏ ਹੋ ਗਿਆ। ਖੰਡ, ਆਟਾ, ਦਾਲ ਕੀ ਨਹੀਂ ਮਹਿੰਗਾ। ਜੇ ਸਾਡੇ ਘਰ ਦਾ ਨੀਲਾ ਕਾਰਡ ਬਣਿਆ, 10 ਸਾਲ ਹੋ ਗਿਆ, ਤੇ ਨੀਲਾ ਕਾਰਡ ਕਿਸੇ ਨੇ ਕਟਵਾਤਾ। ਜੇ ਅਸੀਂ ਇਲੈਕਸ਼ਨ ਵਾਸਤੇ ਖਾਤੇ ਖੁਲਾਏ ਤਾਂ ਇਨਕੁਆਰੀਆਂ ਆ ਗਈਆਂ। ਯਾਨੀ ਕਿ ਸਾਡੇ ਦਿੱਕਤਾਂ ਪਰੇਸ਼ਾਨੀਆਂ, ਸਟੂਲ ਕਾਸਟ ਸਮਾਜ, ਐਸੀ ਸਮਾਜ ਬੰਦੇ ਨੂੰ ਇੰਨੀਆਂ ਪਰੇਸ਼ਾਨੀਆਂ। ਉਹ ਸੰਵਿਧਾਨ ਬਚਾਉਣ ਦੇ ਚੱਕਰ 'ਚ ਅਸੀਂ ਆਪਣਾ ਆਪ ਰੋੜ ਬੈਠੇ ਹਾਂ। ਸਾਡੇ ਵਾਲਮੀਕ ਸਮਾਜ, ਗੁਰੂ ਰਵਿਦਾਸ ਸਮਾਜ ਦਾ ਰਾਈਟ ਬਣਦਾ ਵਾ ਕਿ ਇਲੈਕਸ਼ਨਾਂ 'ਤੇ ਖੜੇ ਹੋ ਸਕਦੇ। ਜ਼ਰੂਰੀ ਨਹੀਂ ਨਰਿੰਦਰ ਮੋਦੀ ਸਾਹਿਬ ਉੱਤੇ ਖੜੇ, ਮੈਨੂੰ ਤਾਂ ਹਰ 5 ਸਾਲ ਬਾਅਦ ਭਾਵੇਂ ਲਾ ਦਿਉ, ਕਿਉਂਕਿ ਉਹ ਸਾਡੇ ਗੁਰੂਆਂ ਦੀ ਧਰਤੀ ਹੈ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਪਰਮਾਤਮਾ ਪਰਮ ਪਿਤਾ ਪਰਮਾਤਮਾ ਜੀ ਸਾਡੇ ਉੱਥੇ ਵਸੇ ਆ, ਸਾਡੇ ਦਿਲਾਂ 'ਤੇ ਵਸੇ। ਸਾਨੂੰ ਹਾਰ ਜਿੱਤਣਾ ਕੋਈ ਲੈਣ ਦੇ ਨਹੀਂ, ਭਾਵੇਂ ਸਾਨੂੰ ਇੱਕ ਵੋਟ ਨਾ ਪਵੇ। ਆਪਾਂ ਕੋਈ ਵੀ ਇੱਕ ਲੀਡਰ ਨਹੀਂ ਕਹੂਗਾ ਵੀ ਮੈਨੂੰ ਇੱਕ ਵੋਟ ਨਾ ਪਵੇ, ਮੈਂ ਕਹੂੰਗਾ, ਕਿਉਂਕਿ ਸਾਡੇ ਗੁਰੂਆਂ ਦੀ ਨਗਰੀ ਆ, ਅਸੀਂ ਆਪਣੇ ਗੁਰੂਆਂ ਦੀ ਨਗਰੀ 'ਚੋਂ ਖਾਲੀ ਨਹੀਂ ਮੁੜਾਂਗੇ। ਬੇਸ਼ੱਕ ਭਾਵੇਂ ਹਾਰ ਜਾਈਏ, ਪਰ ਸਾਨੂੰ ਜਿੱਤਣ ਤੋਂ ਵੀ ਜ਼ਿਆਦਾ ਖੁਸ਼ੀ ਹੋਏਗੀ ਕਿ ਅਸੀਂ ਆਪਣੇ ਗੁਰੂਆਂ ਦੇ ਰਹਿਬਰਾਂ ਦੇ ਅਸੀਂ ਦਰਬਾਰ 'ਤੇ ਖੜੇ, ਉੱਥੇ ਸਾਨੂੰ ਸਿਰ ਢਕਾਉਣ ਵਾਸਤੇ ਜਗ੍ਹਾ ਮਿਲੀ। ਸੋ ਆਪਾਂ ਕਦੀ ਨਹੀਂ ਗੱਲ ਭੁੱਲਾਂਗੇ, ਡਾਕਟਰ ਭੀਮ ਰਾਓ ਬਾਬਾ ਸਾਹਿਬ ਦੀ ਸੋਚ ਸੀਗੀ ਕਿ ਸੰਵਿਧਾਨ ਨੂੰ ਬਚਾਈਏ, ਜੋ ਸੰਵਿਧਾਨ ਦੇ ਰਿਕਾਰਡਿੰਗ ਹੈ। ਉਹਨਾਂ ਨੇ ਕਿਹਾ ਸੀ ਪੜ੍ਹੋ ਲਿਖੋ ਅੱਗੇ ਬੜੋ, ਇਹ ਸਭ ਤੁਹਾਡੇ ਹੱਕ ਨੇ, ਹੱਕ ਜਿਹੜੇ ਸੱਚ ਦੇ ਹੱਕ ਨੇ। ਅਸੀਂ ਸੰਵਿਧਾਨ ਦੇ ਰਿਕਾਰਡਿੰਗ ਚੱਲੇ ਨਹੀਂ, ਸੰਵਿਧਾਨ ਇਹ ਕਹਿੰਦਾ ਕਿ ਤੁਹਾਡਾ ਹੱਕ ਬਣਦਾ, ਰਾਈਟ ਬਣਦਾ, ਤੁਸੀਂ ਲੜਨਾ ਵਾ। ਅਤੇ ਜੇ ਇਲੈਕਸ਼ਨ ਨਹੀਂ ਲੜੇ ਤਾਂ ਫਾਇਦਾ ਕੀ ਸੰਵਿਧਾਨ ਦਾ। ਦੇਖੋ ਅੱਜ ਦੀ ਦਿਹਾੜੀ ਤੁਸੀਂ ਦੇਖ ਲਓ ਕਿੰਨੀ ਪਈ ਹੈ ਬੰਦੇ ਦੀ, ਜਿਹੜੇ ਬੰਦੇ ਦਿਹਾੜੀ ਕਿੰਨੀ ਹੈ ਤਾਂ ਬੰਦਾ ਕਿੱਦਾਂ ਖਾਊਗਾ, ਕਿੱਦਾਂ ਜਿਹਦੇ 4 ਬੱਚੇ ਕਿੱਦਾਂ ਕਮਾਊਗਾ, ਕਿੱਦਾਂ ਵਿਆਹੂਗਾ, ਕੀ ਕਰੂਗਾ, ਉਹਦੇ ਪਰੇਸ਼ਾਨੀਆਂ ਹੋਰ ਜ਼ਿਆਦਾ ਵੱਧ ਗਈਆਂ। ਜੇ ਇੱਥੋਂ ਦੀ ਪੰਜਾਬ ਦੀ ਇੰਡਸਟਰੀ ਅਸੀਂ ਬਾਹਰ ਜਾਂਦੀਆਂ ਸੀਗੀਆਂ, ਉਹਨੂੰ GST ਘਾਟਾ, ਉਹਨੂੰ ਕਈ ਸੁਵਿਧਾਵਾਂ ਮਿਲਦੀਆਂ, ਅਤੇ ਪੰਜਾਬ ਵਾਲਾ ਬੱਚਾ ਨੌਕਰੀ ਲੈਣ ਕਿੱਥੇ ਜਾਏਗਾ ਨਾ, ਤਾਂ ਦੇਸ਼ 'ਚ ਪੰਜਾਬ ਦੀ ਨੌਕਰੀ ਹੈ। ਇਹਨਾਂ ਨੇ ਫੌਜੀਆਂ ਦੀ ਨੌਕਰੀ ਵੀ 4 ਸਾਲ ਕਰ ਲਈ, ਅਤੇ ਦੇਖੋ ਜੀ ਆਪ ਆਪਣੀ ਜਿਹੜੀ ਇਹਨਾਂ ਦੇ ਪੈਨਸ਼ਨ ਹੁੰਦੀ ਹੈ ਮੰਤਰੀ ਸੰਤਰੀਆਂ ਦੀ, ਇਹ ਪੈਨਸ਼ਨ ਵੀ ਮਿਲਦੀ, 5 ਸਾਲ ਦਾ ਰਾਜ ਵੀ ਕਰਦੇ, ਉਹ 4 ਸਾਲ ਨੌਕਰੀ ਕਰਦੇ। ਚਲੋ ਉਹ ਵੀ ਗੱਲ ਛੱਡੋ, ਇੱਕ ਸਰਕਾਰੀ ਬੰਦਾ 50-60 ਸਾਲ ਲਾ ਕੇ, 40 ਸਾਲ ਲਾ ਕੇ ਨੌਕਰੀ ਕਰਦਾ, ਉਹਦੀ ਪੈਨਸ਼ਨ ਬੰਦ, ਇਹਨਾਂ ਦੀ ਲਾਗੂ, ਇਹ ਯਾਰ ਕੀ ਸਿਸਟਮ ਹੈ। ਸਾਡਾ ਦੇਸ਼ ਇੱਕ ਭ੍ਰਿਸ਼ਟਾਚਾਰ ਬਣ ਚੁੱਕਿਆ। ਅਗਰ ਇਸ ਟਾਈਮ SC ਸਮਾਜ ਭਾਈਚਾਰਾ ਨਹੀਂ ਖੜਾ ਹੋਏਗਾ ਨਾ, ਤਾਂ ਆਉਣ ਵਾਲਾ ਦੇਸ਼ ਸਾਡਾ ਬਰਬਾਦ ਆ। ਮੈਂ ਹੱਥ ਜੋੜ ਕੇ ਬਠਿੰਡਾ ਵਾਲਿਆਂ ਵਾਸੀਆਂ ਨੂੰ ਬੇਨਤੀ ਕਰਦਾ ਕਿ ਭਾਜੀ ਨੂੰ ਵੋਟ ਪਾਓ,
ਜਿੰਨੀ ਤੁਸੀਂ ਵੋਟ ਪਾਓਗੇ ਤੁਹਾਡਾ ਪ੍ਰਵੀਨ ਕੁਮਾਰ ਤੈਸੀ ਜੀ ਨੂੰ ਵੋਟ ਪਾ ਕੇ ਜਿਤਾਓ। ਔਰ ਸਾਡੇ ਨਾਲੇ ਭਾਅ ਜੀ ਖੜੇ ਹੈ ਜੀ, ਔਰ ਇਹਨਾਂ ਨੇ ਗੁਰਦਾਸਪੁਰ ਤੋਂ, ਡਿਸਟ੍ਰਿਕਟ ਗੁਰਦਾਸਪੁਰ ਤੋਂ ਖੜੇ ਜੀ, ਕੀ ਨਾਮ, ਨਾਮ ਰਮੇਸ਼ ਲਾਲ ਜੀ, ਰਮੇਸ਼ ਲਾਲ ਜੀ ਗੁਰਦਾਸਪੁਰ ਤੋਂ ਖੜੇ, ਮੈਨੂੰ ਭੁੱਲ ਜਾਂਦਾ, ਤੇ ਰਮੇਸ਼ ਲਾਲ ਜੀ ਨੂੰ ਵੀ ਵੋਟਾਂ ਪਾ ਕੇ ਜਿਤਾਓ। ਇੱਦਾਂ ਦੇ ਬੰਦੇ ਜਿਹੜੇ ਜ਼ਮੀਨੀ ਪੱਧਰ ਦੇ ਬੰਦੇ, ਉਹ ਤੁਹਾਡੀਆਂ ਆਵਾਜ਼ ਚੱਕਣਗੇ। ਜੇ ਕੋ ਇਹਨਾਂ ਨੇ ਤੇ ਸਾਡੇ ਦੇਸ਼ ਨੂੰ ਗੁਲਾਮ ਬਣਾ ਦਿੱਤਾ। ਹੁਣ ਤਰ੍ਹਾਂ ਤਰ੍ਹਾਂ ਦੀ ਧਮਕੀਆਂ ਆ ਰਹੀਆਂ ਵਾ, ਚੋਣ ਕਮਿਸ਼ਨਰ ਸਾਹਿਬ ਨੂੰ ਮੈਂ ਬੇਨਤੀਆਂ ਕਰ ਬੈਠਾ ਵਾਂ, ਮੈਂ ਬੜਾ ਕੁਛ ਕਹਿ ਬੈਠਾ ਚੋਣ ਕਮਿਸ਼ਨਰ ਸਾਹਿਬ ਨੂੰ ਵੀ ਇੱਦਾਂ ਦੀ ਇੱਦਾਂ ਤਗੜੀਆਂ, ਜੇ ਮੈਂ ਇਨਾਮ ਨਹੀਂ ਲੈਂਦਾ ਕਿਸੇ ਪਾਰਟੀ ਦਾ, ਬਹੁਤ ਤਗੜੀਆਂ ਪਾਰਟੀਆਂ ਜਿਹੜੀਆਂ ਆ ਧਮਕੀਆਂ ਦਵਾ ਰਹੀਆਂ ਨੇ ਸਾਨੂੰ ਕਿ ਅਸੀਂ ਇਲੈਕਸ਼ਨ ਤੋਂ ਬਾਅਦ ਤੈਨੂੰ ਲੱਭਣ ਨਹੀਂ ਦੇਣਾ, ਅਸੀਂ ਇਲੈਕਸ਼ਨ ਤੋਂ ਬਾਅਦ ਆਹ ਕਰ ਦਾਂਗੇ, ਜੇ ਕਰ ਦਾਂਗੇ, ਵੋ ਕਰ ਦਾਂਗੇ। ਪਰ ਇੱਦਾਂ ਦੇ ਬੰਦੇ ਨੂੰ ਨੱਥ ਪਾ ਕੇ ਰੱਖਣੀ ਚਾਹੀਦੀ ਹੈ ਕਿ ਜਿਹੜਾ ਪ੍ਰਸ਼ਾਸਨ ਦਾ ਵੀ ਮਜ਼ਾਕ ਬਣਾ ਰਿਹਾ, ਸਾਡਾ ਵੀ ਮਜ਼ਾਕ ਬਣਾ ਰਿਹਾ, ਸਾਡੇ ਚੱਲਦੇ ਕੰਮ 'ਚ ਟੰਗ ਲਾ ਰਿਹਾ, ਕਿਉਂਕਿ ਆਪਾਂ ਤਾਂ ਸੰਵਿਧਾਨ ਦੇ ਰਿਕਾਰਡਿੰਗ ਚੱਲ ਰਹੇ ਹਾਂ, ਸੰਵਿਧਾਨ ਸਾਨੂੰ ਕਹਿੰਦਾ ਖੜੇ ਹੁਣ ਤਾਂ ਅਸੀਂ ਖੜੇ ਹੋਏ ਹਾਂ, ਨਹੀਂ ਤਾਂ ਜੇ ਸੰਵਿਧਾਨ ਦੇ ਵਿੱਚ ਮੰਨ ਲਓ ਜੇ ਇਹ ਸਾਰਾ ਕੰਮ ਹੀ ਸਹੀ ਹੁੰਦਾ ਤਾਂ ਸਾਨੂੰ ਕੀ ਲੋੜ ਸੀ ਪੰਗਾ ਲੈਣ ਦੀ। ਸਾਨੂੰ ਆਪਾਂ ਪੰਜਾਬ 'ਚ ਦਿਨ ਹੋ ਸਕਦਾ 13 ਦੀ 13 ਸੀਟਾਂ ਨਾ, ਚੋ ਦੇਖੋ ਜਿਹੜਾ ਬੰਦਾ ਕਹਿੰਦਾ ਕਿ ਮੈਂ ਸੰਵਿਧਾਨ ਨੂੰ ਨਹੀਂ ਮੰਨਦਾ, ਅਸੀਂ ਉਸ ਬੰਦੇ ਨੂੰ ਨਹੀਂ ਮੰਨਦੇ, ਚਾਹੇ ਉਹ ਸਾਡੇ ਵਾਸਤੇ ਕੋਈ ਵੀ ਹੈ। ਠੀਕ ਆ, ਅਸੀਂ ਅੱਜ ਮਰ ਜਾਵਾਂਗੇ, ਸਾਡੀ ਕੌਮ ਦੇ ਵਿੱਚ ਲੱਖਾਂ ਹੀ ਬੰਦੇ ਆ ਜਿਹੜੇ ਖੜੇ ਹੋਣਗੇ, ਜਿੰਨੇ ਜ਼ਿਆਦਾ ਖੜੇ ਹੋਣਗੇ ਸਾਨੂੰ ਆਪਣੀ ਕੌਮ 'ਤੇ ਨਾਜ ਹੈ, ਵਾਲਮੀਕ ਕੌਮ, ਗੁਰੂ ਰਵਿਦਾਸ ਕੌਮ 'ਤੇ, ਮਾਸ਼ਾ ਸਮਾਜ ਔਰ ਸਾਡੇ ਐਸ ਸੀ ਸਮਾਜ ਜਿੰਨੇ ਭਾਈਚਾਰੇ ਗਏ, ਕਬੀਰਪੰਥੀ ਜਿੰਨੇ ਵੀ ਸਮਾਜ, ਸਾਰਿਆਂ ਨੂੰ ਇਕੱਠੇ ਲੈ ਕੇ ਚੱਲਾਂਗੇ, ਇੱਕ ਬਹੁਤ ਵੱਡੀ ਮਿਸਾਲ ਕਾਇਮ ਕਰਾਂਗੇ। ਅੱਜ ਪੰਜਾਬ ਦੇ ਵਿੱਚ ਲੜ ਰਹੇ ਹਾਂ, ਜਿਹੜੀ ਸਾਡੀ ਪਾਰਟੀ ਹੈ ਜੀ ਵੱਡੀ ਪਾਰਟੀ ਹੈ ਸਾਡੀ, ਔਰ ਨੈਸ਼ਨਲ ਪਬਲਿਕ ਪਾਰਟੀ ਔਰ ਬੇਗਮਪੁਰਾ ਸਾਂਝਾ ਫਰੰਟ ਦੋਨੇ ਸਤਿਗੁਰ ਰਵਿਦਾਸ ਸਮਾਜ ਦੀ ਪਾਰਟੀਆਂ ਨੇ, ਇਹ ਦੋਨੇ ਇੱਕ ਹੋ ਗਈਆਂ। ਹੁਣ ਇੰਡੀਆ ਦੇ ਵਿੱਚ ਜਿੱਥੇ ਵੀ ਚੋਣ ਹੋਏ ਕਰੇਗੀ ਆਪਾਂ ਆਪਣੇ ਚੋਣ 'ਚ ਬੰਦੇ ਉਤਾਰਾ ਕਰਾਂਗੇ ਮੈਦਾਨ 'ਚ। ਨੀਟੂ ਜੀ, ਬਨਾਰਸ ਤੁਸੀਂ ਵਿਜ਼ਿਟ ਕਰ ਚੁੱਕੇ ਹੋ? ਬਨਾਰਸ ਮੈਂ ਘੁੰਮਿਆ ਜੀ, ਹਫ਼ਤਾ ਦੋ ਹਫ਼ਤੇ ਲਾ ਕੇ ਆਇਆ, ਹੁਣ ਫਿਰ ਜਾਣਾ, ਫਿਰ ਅਸੀਂ ਖੜੇ ਹੋ ਜੋ ਵੋਟਾਂ ਪਾਵਾਂਗੇ ਜੀ। ਕਾਫੀ ਲੋਕਾਂ ਨੂੰ ਮਿਲਿਆ, ਕਾਫੀ ਲੋਕੀ ਉੱਥੇ ਪਿਆਰ ਮੁਹੱਬਤ ਵਾਲੇ ਬੰਦੇ ਨੇ, ਸੋ ਮੈਂ ਇੱਕ ਗੱਲ ਕਰਨਾ ਚਾਹੁੰਦਾ ਵੀ ਹਾਰ ਜਿੱਤ ਦਾ ਸਾਨੂੰ ਕੋਈ ਮਤਲਬ ਨਹੀਂ। ਸਾਡੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਮੇਰੇ ਕੋਲ 100 ਤੋਂ 100% ਲਿਖਾ ਲਓ, ਜਿਤਨਾ ਉਹਨਾਂ ਨੇ, ਇਤਿਹਾਸ ਪਲਟ ਜਾਏਗਾ ਅਗਰ ਮੈਂ ਜਿੱਤ ਗਿਆ, ਯਾਨੀ ਕਿ ਹਿੰਦੁਸਤਾਨ ਦੇ ਵਿੱਚ ਇਤਿਹਾਸ ਨਵਾਂ ਲਿਖਣਾ ਪੈਣਾ ਕਿ ਜੇ ਮੈਨੂੰ ਵੋਟ ਪਾ ਕੇ ਉੱਥੇ ਮੈਂ ਜਿੱਤਦਾ ਵਾਂ। ਵਜ੍ਹਾ ਕੀ ਹੈ ਜੀ? ਕਿਉਂਕਿ ਮੈਨੂੰ ਉੱਥੇ ਜਿੱਤ ਨਹੀਂ ਮਿਲਣੀ, ਨਰਿੰਦਰ ਮੋਦੀ ਭਾਈ ਨੂੰ ਜਿੱਤ ਮਿਲਣੀ ਹੈ, ਔਰ ਉਹ ਸੱਚੀ ਗੱਲ ਆ, ਜਿਤਨਾ ਉਹਨਾਂ ਨੇ, ਮੈਂ ਸਰਸ਼ਰਮ ਕਹਿੰਦਾ ਕਿ ਉਹ ਜਿੱਤਣਗੇ। ਤੇ ਜੇ ਕਿਸੇ ਦੇ ਘਰ ਦੇ 5 ਵੋਟਾਂ 3 ਉਹਨਾਂ ਨੂੰ ਪਾ ਦਿਓ, 2 ਮੈਨੂੰ ਪਾ ਦਿਓ, ਮੈਨੂੰ ਕੋਈ ਇਤਰਾਜ਼ ਨਹੀਂ। ਪਰ ਮੈਂ ਗੱਲ ਇਹ ਕਰਨਾ ਚਾਹੁੰਦਾ, ਪਰ ਪੰਜਾਬ ਦੇ ਮੁੱਦੇ ਹੈ, ਸ਼੍ਰੀ ਨਰਿੰਦਰ ਮੋਦੀ ਸਾਹਿਬ ਪ੍ਰਧਾਨ ਮੰਤਰੀ PM ਸਾਡੇ ਨੇ, ਅਸੀਂ ਉਹਨਾਂ ਦੱਸਣ ਚੱਲੇ ਹਾਂ ਕਿ ਪੰਜਾਬ ਦੇ ਮੁੱਦੇ ਅੱਜ ਤੱਕ ਕਿਸੇ ਨੇ ਸੁਣੇ ਨਹੀਂ, ਸਾਡੇ ਦਰਦ ਜਿਹੜੇ ਆ, ਪੰਜਾਬ ਦੇ ਬੰਦੇ ਤੁਹਾਡੇ ਨਾਲ ਕਿਉਂ ਨਹੀਂ ਚੱਲ ਸਕੇ, ਕਿਸਾਨ ਨਹੀਂ ਚੱਲ ਸਕੇ, ਵੀਰ ਡਰਾਈਵਰ ਨਹੀਂ ਚੱਲ ਸਕੇ, ਜਿਹੜੇ ਡਰਾਈਵਰ ਵੀਰ ਆ ਉਹਨਾਂ ਨੂੰ ਵੀ ਦੁੱਖ ਬਹੁਤ ਆ, ਸਾਰੇ ਪੰਜਾਬ ਤੋਂ ਦੁੱਖ ਆ, ਸਾਡਾ ਦੁੱਖ ਕੌਣ ਵੰਡਾਏਗਾ? ਅਸੀਂ ਤਾਂ ਪ੍ਰਧਾਨ ਮੰਤਰੀ ਨੂੰ ਮਿਲਣ ਚੱਲੇ ਹਾਂ ਜੀ। ਵੈਸੇ ਜੇ ਸਾਡੀ ਜੇ ਜਿੱਤਣਾ ਹਾਰਨਾ ਤਾਂ ਬਾਕੀ ਪਰਮਾਤਮਾ ਜਾਣੇ, ਬਾਕੀ ਦੇਖੋ ਆਪਾਂ 10,000 ਰੁਪਏ ਸਾਰਿਆਂ ਇਕੱਠੇ ਕਰਾਂਗੇ, ਚੰਦਾ ਇਕੱਠਾ ਕਰਕੇ ਲੜਾਂਗੇ ਜੀ ਆਪਣੇ ਦਮ 'ਤੇ। ਲੋਕਾਂ ਨੇ ਸਾਡਾ ਬਹੁਤ ਸਾਥ ਦਿੱਤਾ, ਪਰ ਜ਼ਿਆਦਾ NRI ਵੀਰਾਂ ਦਾ ਮੈਂ ਬਹੁਤ ਜ਼ਿਆਦਾ ਧੰਨਵਾਦ ਕਰਦਾ, ਬੜਾ ਸਹਿਯੋਗ ਦਿੱਤਾ ਪੰਜਾਬ ਨੂੰ ਉਹਨਾਂ ਨੇ, ਬਚਾਉਣ ਵਾਸਤੇ ਕੋਈ ਕਸਰ ਨਹੀਂ ਛੱਡੀ। ਜਿੰਨਾ NRI ਵੀਰਾਂ ਦਾ ਸਹਿਯੋਗ ਹੈ ਨਾ, ਇਹ ਕਿਤੇ ਵੀ ਨਾਮ ਨਹੀਂ ਲੈਂਦੇ NRI ਵੀਰਾਂ ਦਾ। NRI ਵੀਰ ਜੇ ਨਾ ਹੁੰਦੇ ਤਾਂ ਪੰਜਾਬ ਅੱਜ ਦਾ ਕਦਮ ਡੁੱਬ ਜਾਂਦਾ, ਕਿਉਂਕਿ ਇੰਡੀਆ ਭਾਰਤ ਦੇਸ਼ ਖਤਰੇ 'ਚ ਹੈ ਇਸ ਟਾਈਮ, ਹਰ ਚੀਜ਼ ਹਰ ਵਿਗਤ ਖਤਰੇ 'ਚ ਹੈ। ਸੋ ਮੈਂ ਇਹ ਗੱਲ ਕਹੂੰਗਾ ਸਾਡੇ ਭਰਾ ਨੂੰ ਪ੍ਰਵੀਨ ਤੈਸੀ ਨੂੰ ਵੋਟ ਪਾ ਕੇ ਇਹਨਾਂ ਨੂੰ ਜਿਤਾਉਣ, ਅਤੇ ਸਾਡੇ ਰਮੇਸ਼ ਲਾਲ ਜੀ ਗੁਰਦਾਸਪੁਰ ਤੋਂ ਖੜੇ ਇਹਨਾਂ ਨੂੰ ਜਿਤਾਉਣ ਦੀ ਬਹੁਤ ਬਹੁਤ ਧੰਨਵਾਦ। ਦੇਖੋ ਜਿਹੜੇ ਹੁਣ ਕਹਾ ਪਾਰਟੀਆਂ ਵਾਲੇ ਬੰਦੇ ਆ, ਆਹ ਜਿਹੜੇ ਪਾਰਟੀਆਂ ਵਾਲੇ ਬੰਦੇ ਆ, ਪਾਰਟੀਆਂ ਨੇ ਕੰਪਨੀਆਂ ਦੇ ਬੰਦੇ ਆ, ਕੰਪਨੀ ਦੇ ਬੰਦੇ ਕਿੱਦਾਂ ਹੁੰਦੇ ਸੀਗੇ, ਇੱਧਰ ਉੱਧਰ ਪਲਟੀ ਮਾਰੀ, ਪਲਟੀ ਇੱਧਰ ਮਾਰੀ। ਜੇ ਇਹ ਤੁਹਾਡੀ ਵੋਟ ਵੇਚ ਸਕਦੇ ਆ, ਜਨਤਾ ਦੀ ਵੋਟ, ਤੇ ਜਨਤਾ ਨੂੰ ਵੀ ਚਾਹੀਦਾ ਇੱਕ ਚੀਜ਼ ਵੀ ਜੇ ਪਲਟੀ ਮਾਰਦੇ ਤੇ ਪੈਸੇ ਪੂਸੇ ਲੈਣ, ਜੋ ਮਿਲਦਾ ਝੰਡਾ ਡੰਡਾ ਜੋ ਮਿਲਦਾ ਦਿਹਾੜੀਆਂ ਲਾਣ, ਇਹਨਾਂ ਕੋਲ ਜੋ ਕਰਕੇ, ਤੇ ਵੋਟ ਕਿੱਧਰ ਪਾਉਣੀ ਆ ਤੁਹਾਨੂੰ ਪਤਾ। ਦੇਖੋ ਜੇ ਤਾਂ ਇਤਿਹਾਸ ਵਿੱਚ ਮਤਲਬ ਕਿ
ਹੁਣ ਕੇਜਰੀਵਾਲ ਵੀ ਅੰਦਰ ਕੀਤਾ ਪਿਆ ਠੀਕ ਆ ਉਹਦੇ ਮੈਦਾਨ ਦੇ ਵਿੱਚ ਵਾਈਫ ਖੜੀ ਹੋਈ ਹੈ ਸਾਡੇ ਵੀ ਘਰਾਂ 'ਚ ਬਹੁਤ ਬੰਦੇ ਖੜੇ ਹੋ ਰਹੇ ਆ ਲਗਾਤਾਰ ਸੀਟਾਂ ਸਾਡੀਆਂ 13-14 ਸੀਟਾਂ ਜਿਹੜੀਆਂ ਸਾਡੀਆਂ ਨਾ ਉਹ ਅਸੀਂ ਹਾਸਲ ਕਰਾਂਗੇ ਜੀ ਸਾਨੂੰ ਪੰਜਾਬ 'ਚ ਉਮੀਦ ਹੈ ਇੱਕ ਵਾਰੀ ਸਾਥ ਸਾਡਾ ਦੇਣ ਪੰਜਾਬ ਵਾਲੇ ਜੇ ਨਹੀਂ ਦਊਗੇ ਤਾਂ ਆਉਣ ਵਾਲਾ ਟਾਈਮ ਬਹੁਤ ਮਾੜਾ ਹੋਊਗਾ ਇੰਡੀਆ ਅਤੇ ਭਾਰਤ ਦੇਸ਼ ਦੇ ਵਿੱਚ ਸ਼ਾਇਦ ਸੋਚਿਆ ਵੀ ਨਾ ਸਾਡੀ ਆਉਣ ਵਾਲੀ ਨਸਲ ਗੁਲਾਮ ਹੋ ਜਾਏਗੀ ਅੱਜ ਕੱਲ੍ਹ ਦਾ ਜਿਹੜਾ ਸੰਵਿਧਾਨ ਆ ਉਹ ਲੈ ਕੇ ਚੱਲਣਾ ਚਾਹੀਦਾ ਅਤੇ ਭਗਤ ਸਿੰਘ ਦੀ ਸੋਚ ਹਰ ਘਰ ਨੂੰ ਲੈ ਕੇ ਚੱਲਣੀ ਪੈਣੀ ਉਹਦੇ ਉੱਤੇ ਮੈਂ ਗਾਣਾ ਵੀ ਲਿਖਿਆ ਪੰਜਾਬ ਸਰਕਾਰ ਚੱਲ ਰਹੀ ਹੈ ਦੇਖੋ ਸਰਕਾਰ ਤੋਂ ਸਿੱਧੂ ਮੂਸੇ ਵਾਲਾ ਜਿਹੜਾ ਸੀਗਾ ਉਹ ਬੰਦਾ ਬਿਲਕੁਲ ਸਹੀ ਸੀਗਾ ਰਾਈਟ ਸੀਗਾ ਉਹਨੂੰ ਮਾਰ ਦਿੱਤਾ ਗਿਆ ਤਾਂ ਉਹਨੂੰ ਇਨਸਾਫ਼ ਨਹੀਂ ਮਿਲਿਆ ਠੀਕ ਹੈ ਜੀ ਪਰ ਗੱਲ ਜੇ ਆਪਾਂ ਕਰੀਏ ਕਿ ਜੇ ਪੰਜਾਬ ਦੇ ਵਿੱਚ ਇਹਨਾਂ ਦੋ ਕੰਮ ਵਧੀਆ ਕੀਤੇ ਤਾਂ ਭਗਤ ਸਿੰਘ ਦੀ ਫੋਟੋ ਲਾਈ ਆ ਜਾਂ ਡਾਕਟਰ ਭੀਮ ਰਾਓ ਬਾਬਾ ਸਾਹਿਬ ਦੀ ਪਰ ਜੇ ਉਹਦਾ ਰਿਕਾਰਡਿੰਗ ਨਹੀਂ ਚੱਲਦੇ ਫਿਰ ਫਾਇਦਾ ਕੀ ਫੋਟੋ ਲਾਉਂਦਾ ਫੋਟੋ ਲਾ ਕੇ ਗਰੀਬ ਸਮਾਜ ਦਾ ਭਲਾ ਹੋ ਸਕਦਾ ਫੋਟੋਆਂ ਨੇ ਤਾਂ ਕਹਿਣਾ ਨਹੀਂਗਾ ਸਰ ਪਰ ਤਸਵੀਰਾਂ ਲਾਉਣਾ ਵੀ ਪਰ ਇਹ ਹੈ ਕਿ ਸਾਡੇ ਸਮਾਜ ਨੂੰ ਇਹਨਾਂ ਨੇ ਇੱਕ ਤਰਫਾ ਖਿੱਚਿਆ ਵੀ ਠੀਕ ਹੈ ਪਰ ਉਹ ਸਮਾਜ ਨੂੰ ਹੱਕ ਤੇ ਦਿਵਾਉਣ ਸਮਾਜ ਨੂੰ ਜਦ ਤੱਕ ਹੱਕ ਨਹੀਂ ਮਿਲਦੇ ਫਿਰ ਸਾਨੂੰ ਫਾਇਦਾ ਨਹੀਂ ਕੋਈ ਪਰ ਉਹਨਾਂ ਤੇ ਮੈਂ ਗਾਣਾ ਲਿਖਿਆ ਜੇ ਕਹੋਗੇ ਤਾਂ ਮੈਂ ਦੋ ਬੋਲ ਸੁਣਾ ਦਿੰਦਾ ਜੀ ਤੈਸ ਮੈਸ ਸਭ ਹੋ ਗਏ ਅੱਡੇ ਬਣ ਗਏ ਬਾਰਡਰ ਤੇ ਉਹ ਪੀਜ਼ਿਆਂ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਆਰਡਰ ਤੇ ਵੰਸ਼ ਬਚਾਉਣਾ ਮੁਸ਼ਕਲ ਹੋ ਗਿਆ ਨਸ਼ੇ ਹਥਿਆਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਵਲਡੀ ਕਵਾਰੇ ਤੋਂ ਵੇਖ ਭਗਤ ਸਿੰਘ ਆ ਕੇ ਟੈਂਦੇ ਕਿਲੇ ਉਮੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਹੁਣ ਤਾਂ ਜ਼ਿੰਦਗੀ ਹੋ ਗਈ ਹੈ ਮਿੱਤਰਾ ਸੋਡੇ ਖਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲਡ ਕਵਾਰੇ ਤੋਂ ਕੁਰਸੀ ਦੀ ਭੁੱਖ ਨੇ ਕੀਤਾ ਲੀਡਰ ਲਾਣਾ ਦੋਸ਼ੀਏ ਡੇਰਿਆਂ ਦੇ ਵਿੱਚ ਹੁੰਦੀ ਦੇਖੀ ਧੱਕੇ ਛਾਈਏ ਆਵਾ ਜੀ ਮਿਹਰਬਾਨੀ ਜੀ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਜੀ ਸਬਸਕ੍ਰਾਈਬ ਕੀਜੀਏ ਹਮਾਰੇ ਚੈਨਲ ਕੋ ਔਰ ਬੈਲ ਆਈਕਨ ਕੋ ਦਬਾਈਏ ਹਮਾਰੀ ਲੇਟੈਸਟ ਵੀਡੀਓ ਸਭ ਸੇ ਪਹਿਲੇ ਦੇਖਣੇ ਕੇ ਲੀਏ